ਅੱਜ ਵੀ ਅਗਰ ਮੈਂ ਚੀਫ ਮਿਨਿਸਟਰ ਕੋਲ ਕੋਈ ਕੰਮ ਲੈ ਚਲਿਆ ਚੀਫ ਮਿਨਿਸਟਰ ਕੋਲ ਮੰਤਰੀਆਂ ਕੋਲ ਨਹੀਂ ਚੀਫ ਮਿਨਿਸਟਰ ਕੋਲ ਚਲਿਆ ਮੈਂ ਤੁਸੀਂ ਕਦੀ ਵੀ ਐਸਾ ਕੰਮ ਨਹੀਂ ਹੋਵੇਗਾ ਜਿਸ ਦੇ ਉੱਪਰ ਚੀਫ ਮਿਨਿਸਟਰ ਸਾਹਿਬ ਸਾਈਨ ਨਹੀਂ ਕਰੇਗਾ ਇਹ ਐਸਾ ਇਹ ਲਾਸਟਰੀ ਕਰਦੇ ਤੇ ਇਤਵਾਸੇ ਤੇ ਇਤਵਾਸੇ ਦਿਖਦੇ ਕੋਈ ਦਿਖਦਾ ਤੇ ਨਹੀਂ ਅਸੂ ਉੱਪਰੇ ਨਹੀਂ ਦਿਖਦੇ ਉੱਪਰ ਵੀ ਹੁੰਦਾ ਕੋਈ ਬਿਠਾ ਦੇਖਣਾ ਠੀਕ ਹੈ ਸਾਡੇ ਐਮਐਲਏ ਦਾ ਦਿਮਾਗ ਖਰਾਬ ਨਹੀਂ ਹੋਇਆ ਉਸੇ ਕੁਰਸੀਆਂ ਨਾ ਨਹੀਂ ਚੜਾ ਠੀਕ ਹੈ ਉਹ ਜੀ ਇਹਦਾ ਆਉਗੇ ਦਾ ਬੰਦਾ ਰਾਇ ਨਹੀਂ ਤਾਂ ਫਜ਼ੂਲ ਟ ਨਹੀਂ ਆਦਮੀ ਹੈ ਉਹ ਲਗੀ ਪੰਦੇ ਦੂਵਾ ਵਾਸੇ ਫਿਰਕਣਾ ਤੇ ਮੱਥਾ ਟੇਕੀ ਗੋਤ ਵਾਸਾ ਨਹੀਂ ਫਿਰਕੇ ਤੇ ਫਾਂਡਾ ਵੀ ਕਰੀ ਦੇਣਾ ਪਿੰਦ ਵੇਂਦੇ ਕਿ ਤਾ ਆ ਗਿਆ ਵਾਸਾ ਜਾਣਾ ਲੱਗਾ ਠੀਕ ਰਾ ਦੇਖੋ ਸਰਕਾਰ ਚ ਜਾਣੇ ਦਾ ਅੱਜ ਫਾਇਦਾ ਇਹ ਹੈ ਕਿ ਸਾਡੀ ਸੁਣਵਾਈ ਚੀਫ ਮਿਨਿਸਟਰ ਤੱਕ ਹੋ ਆ ਗਈ ਸਾਡੇ ਕੰਮ ਰੁਕਾ ਨਹੀਂ ਕਰਦੇ ਅੱਜ ਵੀ ਅਗਰ ਮੈਂ ਚੀਫ ਮਿਨਿਸਟਰ ਕੋਲ ਕੋਈ ਕੰਮ ਲੈ ਚਲੀਆਂ ਚੀਫ ਮਿਨਿਸਟਰ ਕੋਲ ਮੰਤਰੀਆਂ ਕੋਲ ਨਹੀਂ ਚੀਫ ਮਿਨਿਸਟਰ ਕੋਲ ਚਲੀਆਂ ਮੈਂ ਤੁਸੀਂ ਕਦੀ ਵੀ ਐਸਾ ਕੰਮ ਨਹੀਂ ਹੋਵੇਗਾ ਜਿਸ ਦੇ ਉੱਪਰ ਚੀਫ ਮਿਨਿਸਟਰ ਸਾਹਿਬ ਸਾਈਨ ਨਹੀਂ ਕਰਦੇ ਅੱਜ ਸਾਈਨ ਹੁੰਦੇ ਆ ਛਾੜੇ ਉੱਤਰਾ ਕਪੂਜਨੇ ਇੱਕ ਸਾੜੇ ਲੀਟਰ ਇਹ ਪੈਰਾ ਕੋ ਸੋਈਏ ਮਗਰ ਉੱਥੇ ਤੱਕ ਨਹੀਂ ਪੁਜੇ ਹੋਣੇ ਲੇਕਿਨ ਤੋੜੇ ਲੋਕ ਕੇ ਨੇ ਫੈਸਲੇ ਕਰਨਾ ਆਸਾ ਜੀ ਚੀਵ ਨੇ ਇਸ ਤਰ੍ਹਾਂ ਦੇ ਆਫਿਸ ਚ ਬੈਠੇ ਦਮ ਤੇ ਚੀਵ ਨੇ ਇਸ ਤਰ੍ਹਾਂ ਹੋਈ ਸਕਦਾ ਬੜੇ ਦਿਨ ਬੜੀ ਜਲਦੀ ਹੀ ਬਣੀ ਦੇ ਵਿੱਚ ਗਦੋਰ ਆ ਵੀ ਲਵਾਣਾ ਹੁੰਦਾ ਸੇ ਉਹਨੇ ਵੀ ਥਾਣ ਠੀਕ ਹੈ ਤੋ ਉਹਨੇ ਸਭ ਸਾਸੀਂ ਗਰੰਟੀ ਦਿੱਤੀ ਹੈ ਬਣੀ ਦੇ ਮਸਲੇ ਸਾਰੇ ਕੋਲਾ ਪਹਿਲੇ ਪ੍ਰਾਪਰਟੀ ਉਪਰ ਜਿੱਤੇ ਜਾ ਕੋਈ ਵੀ ਮਸਲਾ ਬਣੀ ਦਾ ਆਂਦਾ ਕੋਈ ਵੀ ਇਸ ਦੇ ਚੇ ਨਹੀਂ ਪੁੱਛਦਾ ਕਿਉਂ ਕਹਾਂ ਕੈਸੇ ਨਹੀਂ ਇੰਤਜ਼ਾਰ ਕਰਨਾ ਉਸ ਵੇਲੇ ਕਾਲੇ ਦਾ ਮਸਲਾ ਹੈ ਡਿਗਰੀ ਕਾਲੇ ਦਾ ਕਾਲਜ ਦੀ ਪਰਸੁਆਸ ਡਿਗਰੀ ਕਾਲਜ ਇਹਦੇ ਮੈਗੇਰਾ ਮੈਡਮ ਕੋ ਜੇ ਕਿ এডਿਕੇਸ਼ਨ ਮਿਨਿਸਟਰ ਨੂੰ ਦਿੱਤਾ ਸਮਹਾਇਆ ਇਥੇ ਗਰਾਊਂਡ ਦਾ ਕਾਲਜ ਬਸਦਾ ਹੈ ਮੈਡੀਕਲ ਨਾਨ ਮੈਡੀਕਲ ਸਬਜੈਕਟ ਦਾ ਤੇ ਪਰਸੂ ਚੌਥ ਪ੍ਰੋਗਰਾਮ ਹਾਂ ਅਲੇ ਦਿੱਤੇ ਮਿ ਲੱਗਦਾ ਕੋ 10 ਦਿਨ ਵੀ ਨਹੀਂ ਹੋਏ ਮੈਡਮ ਕੀ এডਿਕੇਸ਼ਨ ਮਿਨਿਸਟਰ ਕੀ 10 ਦਿਨ ਹੀ ਹੋਏ ਨੇ ਤੇ ਆਈਆ ਮੈਂ ਉਸਦੇ ਬਾਅਦ ਮੈ ਪਤਾ ਨਹੀਂ ਲਾਇਆ ਉਸ ਕੰਮ ਦਾ ਕੀ ਹੈ ਉਹਨੇ ਵੀ ਸਾਈਨ ਸ਼ੂਨ ਕਿਤੇ ਅੱਗੇ ਸੈਕਟਰੀ ਫਾਰਵਰਡ ਕਰੀ ਤਾ ਫਿਰ ਮੈਂ ਉਸਦਾ ਪਤਾ ਨਹੀਂ ਲਿਆ ਲੇਕਿਨ ਪਰਸੂ ਚੌਥ ਪ੍ਰੋਗਰਾਮ ਹਾਇਥਾ ਇਸ ਕਾਲਜ कोई टूर्नामेंट ही उत कॉलेज के प्रिंसिपल भी आए थे उन्हें बोलया कि एमएलए साहब को हमने एक मेमोरेंडम दिया था कोई इनको मेमोरेंडम दिए हुए पंद्रह बीस दिन हुए लेकिन मेमोरेंडम देने के दस दिन के अंदर अंदर हमें सेक्रेटरी के फोन आ गए प्लानिंग सेक्शन के फोन आ गए कि अपना प्रोजेक्ट बना के भेजो कितना एसटीमेट इतनी जल्दी काम हो रहा है उस वे मिगी भी लगे अच्छा काम हुआ कर करें तो उसके बाद इस चीज का यकीन है कि सर कोई भी कागज बेकार नहीं जाता ਤੋ ਉਸ ਜਿਕੇ ਰੱਖੋ ਕੰਮ ਆਸੇ ਕਰਨੇ ਨ ਮਗਰ ਸਾਥ ਦਿਓ ਕਾਲੀ ਦੇ ਹਕੋਂ ਦੇ ਕਨੇ ਕੋਟ ਜਿਸ ਨਾਲ ਕੰਮ ਸ਼ੁਰੂ ਹੁੰਦਾ ਨਾ ਗਰਾਹ ਚ ਚੀਜ਼ਾਂ ਕੀ ਲੜਾਈਆਂ ਲੱਗਦੀਆਂ ਇੱਕ ਬੋਲਦਾ ਮੇਰੇ ਬਣਾ ਦੂਗਾ ਬੋਲਦਾ ਮੇਰੇ ਬਣਾ ਇੱਕ ਉਸ ਦੇ ਬਾਅਦ ਇੱਕ ਕੀ ਕਰਦਾ ਕਿ ਉਤਵਾਸੇ ਤਰੀਡ ਲਾਂਦਾ ਦੂਗਾ ਉਤਵਾਸੇ ਲਾਂਦਾ ਫਿਰ ਲਾਸਟ ਕੋ ਤਾਂ ਬੜਨਾ ਲੱਗਾ ਤੇ ਚੌਥਾ ਹੋਰ ਉਠੀ ਰਾਂਦਾ ਉਸ ਤੇ ਲਾਈ ਰਜੰਦਾ ਕੰਮ ਕਾਇਨ ਦਸ ਉਹ ਸਾਰਾ ਠੱਪ ਕਰਿੰਦੇ ਕਿ ਇਹ ਅਗਰ ਚੀਜ਼ਾਂ ਹਾਂ ਤੇ ਦੇਖੋ ਇੱਕ ਕੰਮ ਕੀ ਅਪਰੂਵ ਕਰਾਣੇ ਕੀ ਤੁਸੀਂ ਸਹੀ ਗੱਲ ਸੁਣਾ ਬੁਰੀ ਹਾਦਥ ਹੁੰਦੀ ਹੈ ਬੁਰੀ ਬੁਰੀ ਬੜੀ ਆਸਾਨੀ ਕਿ ਤੁਸੀਂ ਲੱਗਦਾ ਨਹੀਂ ਅਪਰੂਵ ਹੋ ਗਿਆ ਮਗਰ ਉਸ ਅਪਰੂਵ ਕੀ ਕਰਾਣੇ ਵਾਸਤੇ ਸਵੇਰੇ ਕੋਲਾ ਲੇਟ ਸ਼ਾਮੀ ਤੱਕ ਸੈਕਟਰੀਟ ਦੀਆਂ ਕੰਮਸ ਕੰਪੀਆਂ ਬਾਰੀ ਸਪੋੜੀਆਂ ਉਤਰਨੀਆਂ ਤੇ ਚੱਲਣਾ ਪਉਂਦੀ ਆ 50 ਦਫਤਰਾਂ ਚ ਚੱਕਰ ਲਾਣਾ ਪਉਂਦੇ ਕਿਸੇ ਦੇ ਆ ਕੇ ਹੱਥ ਜੋੜਨੇ ਕਿਸੇ ਨੂੰ ਫੋਨ ਕਰਾਣੇ ਕਿਸੇ ਬਾਹਰ ਬਾਹਰ ਜਾਣਾ ਫਿਰ ਹੀ ਜਾਇਰ ਬੜੀ ਮੁਸ਼ਕਲ ਕਰਨਾ ਉਹ ਕੰਮ ਅਪਰੂਵ ਹੁੰਦਾ ਅਪਰੂਵ ਹੋ ਗਿਆ ਫਿਰ ਉਸ ਦੇ ਬਾਅਦ ਪੈਸਾ ਆਗ ਫਿਰ ਕੋਈ ਪਰ ਉਹ ਕੰਮ ਲੈਗ ਇੰਨੀ ਮੁਸ਼ਕਲ ਕਰਨਾ ਕੋ ਤਾਂ ਕੰਮ ਆਗਦਾ ਤੂੰ ਦੋ ਸਕਿੰਟ ਲਾਣਾ ਸਟੇ ਲਾਣਾ ਕੱਲ ਠੱਪ ਗੰ ਬਸ ਮੁੱਕਿਆ ਮੁੱਕਿਆ ਉਹ ਪੈਸਾ ਵੀ ਰੇ ਨਾ ਸੋ ਪੈਸਾ ਵੀ ਚਲੀਆ ਤੇ ਇਹ ਚੀਜ਼ਾਂ ਜਿਸ ਲੈਉਣ ਤੇ ਕੰਮ ਕਰਾਉਣੇ ਵਾਲਾ ਮਨ ਵੀ ਟੁੱਟਿੰਦਾ ਉਹ ਬੋਲਦਾ ਯਾਰ ਇੰਨੀ ਮਿਹਨਤ ਕੀਤੀ ਰਾਤ ਦਿਨ ਇੱਕ ਕੀਤਾ ਲਾਸਟ ਜਿਸ ਲੈ ਕੰਮ ਆਇਆ ਤੇ ਇਹਨਾਂ ਲੋਕਾਂ ਕੰਮ ਨਹੀਂ ਕਰਨਾ ਤੇ ਅਗਲੀ ਵਾਰੀ ਉਸ ਦਾ ਕੰਮ ਕਰਨਾ ਮਨ ਵੀ ਨਹੀਂ ਕਰਦਾ ਠੀਕ ਹੈ ਮੈਂ ਚਾਹਨਾ ਤੂੰ ਉਸ ਕੰਮ ਕਰਨਾ ਉਸ ਕੰਮ ਦੇ ਵਿੱਚ ਰੁਕਾਵਟ ਦੇਉ ਪਾ ਦੇ ਜੋ ਵੀ ਫੈਸਲੇ ਨੇ ਕੰਮ ਨੇ ਕੋਈ ਆਪਣੀਆਂ ਲਗਦੀਆਂ ਹੋ ਗਈਆਂ ਜਿੱਦਵਾਜੀਆਂ ਤੋ ਸਾਈਡ ਉਪਰ ਰੱਖਿਓ ਗ੍ਰਾਮ ਵਾਸਤੇ ਬੜੀ ਸਾਰੀ ਕੁਰਬਾਨੀਆਂ ਦੇਣਾ ਪਉਂਦੀਆਂ ਅਸਾਈਏ ਦੋਸ ਆਪਣੇ ਆਪ ਕੀ ਦੇਸ਼ ਭਗਤ ਕਹਲਦੇ ਹੋ ਤੇ ਦੇਸ਼ ਭਗਤ ਕੌਣ ਹੁੰਦਾ ਜਿਹੜਾ ਦੇਸ਼ ਵਾਸਤੇ ਆਪਣੇ ਗ੍ਰਾਮ ਵਾਸਤੇ ਕੁਰਬਾਨੀ ਦੇ ਲੇਕਿਨ ਅਸ ਆਪਣੇ ਗ੍ਰਾਮ ਵਾਸਤੇ ਨਾ ਕਨਾਲ ਇੱਕ ਜ਼ਮੀਨ ਦੀ ਕੁਰਬਾਨੀ ਨਹੀਂ ਦੇ ਸਕਦੇ ਹੈ ਤਾਂ ਫਿਰ ਕੌਣ ਗੜੇ ਦੇਸ਼ ਭਗਤ ਹੋਇਆ ਇੱਕ ਜਿਹੜਾ ਕੰਮ ਬਣਨਾ ਉਥੇ ਜਾਂ ਹਸਪੀਟਲ ਬਣਨਾ ਜਾਂ ਸਕੂਲ ਬਣਨਾ ਜਾਂ ਕੁਝ ਵੀ ਬਣਨਾ ਉਸ ਦੇ ਨਾਲ ਫਾਇਦਾ ਤੇ ਪੂਰੇ ਗ੍ਰਾਮ ਕੀ ਹੋਣਾ ਨਾ ਪੂਰੇ ਗ੍ਰਾਮ ਦੇ ਫਾਇਦੇ ਵਾਸਤੇ ਅਗਰ ਆਪਣੀ ਛੋਟੀ ਦੀ ਕੁਰਬਾਨੀ ਦੇ ਸਕਦੇ ਤਾਂ ਫਿਰ ਤੁਸੀਂ ਦੇਸ਼ ਭਗਤ ਬਣਿਓ ਮਾਦੇ ਦੇਸ਼ ਭਗਤ ਤੁਸੀਂ ਮੰਨਣਾ ਜੇ ਕਿ ਆਪਣੇ ਗ੍ਰਾਂ ਦੇ ਆਪਣੇ ਇਲਾਕੇ ਦੀ ਤਰੱਕੀ ਵਾਸਤੇ ਆਪਣੀ ਕੁਰਬਾਨੀ ਦੇ। ਉਹ ਮੇਰੇ ਵਾਸਤੇ ਦੇਸ਼ ਭਗਤ ਹੈ। ਤੇਰੇ ਮੇਰੇ ਵਾਸਤੇ ਧਾਰਮਿਕ ਆਦਮੀ ਵੀ ਹੋਇਆ ਜੇ ਕਿ ਆਪਣੇ ਲੋਕਾਂ ਵਾਸਤੇ। ਜੇ ਕਿ ਆਪਣੇ ਲੋਕਾਂ ਵਾਸਤੇ ਆਪਣੀ ਕੁਰਬਾਨੀ ਦਾ ਸਹਾੜਾ ਵੱਡਾ ਧਾਰਮਿਕ ਆਦਮੀ ਵੀ। ਠੀਕ ਹੈ। ਆਗਰ ਤੂੰ ਉਸ ਗੁੱਸੇ ਦੇ ਗਲੇ ਕਟਾਰ ਦਿਓ। ਗੁੱਸੇ ਦੇ ਬੇਇਮਾਨੀ ਕਰਾ ਕਰ ਦਿਓ। ਗੁੱਸੇ ਕੀ ਤੰਗ ਕਰਾ ਕਰ ਦਿਓ ਤੇ ਮੰਦਰ ਜਾਣ ਦਾ ਫਾਇਦਾ ਵੀ ਹੋ। ਦੇਖਾ ਉਪਰ ਵਾਲਾ ਤੇ ਦੇਖਾ ਕਰਦਾ ਉਸੇ ਪਤਾ ਯਾਰ ਮਾਏ। ਇਹ ਪਿਆ ਆਦਮੀ ਹੈ ਗਲੇ ਵੱਢੀ ਮੇਰੇ ਸ਼ਾਰ ਦਾ ਮੱਥਾ ਟਿਕਨੇ ਤੋਂ ਉਪਰ ਵਾਲਾ ਵੀ ਦੇਖਦਾ ਕਰਦਾ ਯਾਰ। ਬਨਾਈ ਲਾ ਬੇਵਕੂਮੀ ਕਿਹ ਢੋੜ ਬਣਾਈ ਸੱਚਾ ਆਜੀਆਂ ਨਾਗਰਾਜ ਜਿਆ ਦੇ ਭਾਰ ਪਿਆ ਸਾਰੇ ਜਣੇ ਹੁਣ ਆਸ ਸਾਰੇ ਆਦੇ ਤੇ ਇਸੇ ਚੱਕਰੇ ਜਾ ਕਿ ਮਾਰਾ ਐਸਾ ਸੁੱਖਣ ਦਿੱਤੀ ਦੀ ਕਿ ਅਮ ਲੱਖਣ ਜਿੰਨੇ ਦੇ ਬਾਅਦ ਸਿੰਨੇ ਸਾਰੇ ਇਸੇ ਚੱਕਰ ਜਾ ਰਹੇ ਕੋਈ ਵੀ ਇਸ ਵਾਸਤੇ ਨਹੀਂ ਆਦਾ ਕਿ ਐਸੇ ਬਰਖਾ ਲੈਣੀ ਤੇ ਉੱਥੇ ਜਾ ਲੋ ਜਿਸ ਲਈ ਇੱਕ ਕੰਮ ਪੂਰਾ ਹੋਇਆ ਤੇ ਫਿਰ ਬੋਲਦੇ ਚਲੋ ਆਦੇ ਤੇ ਵਰਖਾ ਹੀ ਮੰਗੇ ਲੈ ਦੇਵਕੁਮਾਰ ਸਾਹਿਬ ਆਪੂ ਹੀ ਬਣਾਉਂਦੇ ਉੱਪਰ ਵਾਲੇ ਥੋੜੇ ਬਣਾਉਂਦੇ ਉਸ ਜਵਾਬ ਝਾੜੀ ਤਾਂ ਕਿ ਬਾਈ ਜੀ ਇਸ ਕੰਮ ਆ ਦੇ ਉਹ ਕੰਮ ਕਰੋ ਦੂਆ ਬਾਤ ਸੱਚੀ ਗੱਲ ਨਹੀਂ ਦੇਖੋ ਕਰਮਾਤ ਹੈ ਹੈ ਨਾ ਸਾਹਿਬ ਸਾਹਿਬ ਜਵਾਬ ਜਿਹੜਾ ਸਾਹਿਬ ਸਾਹਿਬ ਗਲਾਇਆ ਨਾਗਰਾਜ ਹੈ ਕਿ ਬਾਈ ਤੂੰ ਉਹਨਾਂ ਬੋਲੇ ਜਿਹੜਾ ਤੂੰ ਕੰਮ ਕੇ ਵਰਖਾ ਲੈ ਨਹੀਂ ਆਦੇ ਤੂੰ ਐਮਐਲਏ ਗੱਲ ਆਦੇ ਐਮਐਲਏ ਦੇ ਕੰਮੇ ਗੱਲ ਆਦੇ ਐਮਐਲਏ ਵਾਲਾ ਕੰਮ ਗਾਓ ਤੇ ਵਰਖਾ ਵਰਖਾ ਬਾਤ ਹੈ ਇਹ ਜੀ ਜਾ ਸਾਹਿਬ ਜਿਸ ਲਾਸਟ ਚੋਰੀ ਕਰਦੇ ਤੇ ਤਵਾਸੇ ਤੇ ਤਵਾਸੇ ਲਿਖਦੇ ਕੋਈ ਦਿਖਦਾ ਤੇ ਨਹੀਂ ਅਸ ਉਪਰੇ ਨਹੀਂ ਦਿਖਦੇ ਉਪਰ ਵੀ ਹੁੰਦਾ ਕੋਈ ਬਿਠਾ ਦੇਖਣਾ ਠੀਕ ਹੈ ਤੇ ਕਰਾਣੇ ਵਾਲਾ ਹੀ ਹੈ ਜਨਾਬ ਇਸ ਦਾ ਮੱਥਾ ਦੇਖੋ ਇਸ ਦਾ ਕ ਸਵੇਰ ਸ਼ਾਮੀ ਮੱਥਾ ਹੀ ਹੈ ਦੇਖਣਾ ਕਿ ਸਾੜੇ ਐਮਐਲ ਦਾ ਦਿਮਾਗ ਖਰਾਬ ਨਹੀਂ ਹੋਇਆ ਉਸੇ ਕੁਰਸੀਆਂ ਨਾ ਜਾਣੀ ਚੜਾ ਠੀਕ ਹੈ ਉਹ ਜੀ ਇਹਦਾ ਆਉਂਗਾ ਬੰਦਾ ਰਾਇ ਨਹੀਂ ਤਾਂ ਫਜ਼ੂਲ ਟ ਨਹੀਂ ਆਦਮੀ ਹੈ ਉਹ ਲੱਗੀ ਪੁੰਦੇ ਦੂ ਵਸੇ ਫਿਰਕਣਾ ਤੇ ਮੱਥਾ ਟੇਕੀ ਗੋਤ ਵਸੇ ਨਹੀਂ ਫਿਰਕੇ ਤੇ ਫਾਂਡਾ ਵੀ ਕਰੀ ਦੇਣਾ ਪਿੰਦ ਵੇਂਦੇ ਕਿ ਤਾਵੇਂ ਤਵਾਸੇ ਜਾਣਾ ਲੱਗਾ ਠੀਕ ਰਾ ਚਲ ਠੀਕ ਹੈ ਜਨਾਬ